नवा स्थित ऐतिहासिक गुरुद्वारा घोरियावाला साहिब में शियत बसपा के संयुक्त प्रत्याशी बाबू कश्मीर दास ने लोगों का आभार जताया। इस मौके पर उन्होंने कहा कि हार एक जीत है, हम सभी गुरु घर में नेताओं और कार्यकर्ताओं को धन्यवाद देने के लिए इकट्ठा हुए हैं। इसके अलावा उन्होंने बताया कि सभी नेताओं और कार्यकर्ताओं ने मतदान के समय दिन रात मेहनत की है। आम आदमी पार्टी द्वारा दी जा रही 25,000 नौकरियों के बारे में पूछे जाने पर उन्होंने कहा कि एक अच्छी पहल है, लेकिन आम आदमी पार्टी द्वारा महिलाओं के लिए 1,000 रुपए प्रतिमाह और पुराने बिजली के बिल माफ करने के वादे को भी कैबिनेट में मंजूरी देना चाहिए था। ਸ਼੍ਰੋਮਣੀ ਅਕਾਲੀ ਦਲ ਸਾਡਾ ਜਿਹੜਾ ਹੈਗਾ ਸਾਰਾ ਇੱਕ ਝੰਡੇ ਹੇਠ, ਔਰ ਅੱਜ ਦਾ ਤੁਸੀਂ ਕੱਚ ਤੋਂ ਇਹ ਦੇਖ ਰਹੇ ਹੋ, ਸਾਰਾ ਸ਼੍ਰੋਮਣੀ ਅਕਾਲੀ ਦਲ ਸਾਡੇ ਅੱਜ ਵਰਕਰ ਆਏ ਹੋਏ ਨੇ, ਇਹਨਾਂ ਦੀ ਹੌਸਲਾ ਅਫਜਾਈ ਵਾਸਤੇ ਅਸੀਂ ਵਰਕਰਾਂ ਦੇ ਨਾਲ ਖੜੇ ਹਾਂ। ਜੋ ਵੀ ਦੁੱਖ ਤਕਲੀਫ ਹੋਊਗੀ ਅਸੀਂ ਡਟ ਕੇ ਇਹਨਾਂ ਦੇ ਨਾਲ ਖੜਾਂਗੇ, ਔਰ ਮੈਂ ਸਾਰੇ ਵਰਕਰਾਂ ਦਾ ਆਪਣੇ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਅੱਜ ਵੀ ਮੇਰੇ ਸੱਦੇ 'ਤੇ ਜਿਹੜੇ ਸਾਰੇ ਇੱਥੇ ਆਏ ਆ। ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਸਾਰੀਆਂ ਅੱਜ ਵਿਰੋਧੀ ਧਿਰਾਂ ਨੇ ਉਹ ਇਕੱਠੀਆਂ ਹੋ ਗਈਆਂ ਨੇ। ਸਾਡੇ ਪ੍ਰਧਾਨ ਸਾਹਿਬ ਸ਼ੁਰੂ ਤੋਂ ਹੀ ਕਹਿ ਰਹੇ ਸੀ ਜਿਹੜੇ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਹੈ ਮਿਲੀ ਹੋਈ ਹੈ, ਔਰ ਇਸ ਗੱਲ ਦਾ ਹੁਣ ਥੈਲੇ 'ਚੋਂ ਜਿਹੜੀ ਬਿੱਲੀ ਬਾਹਰ ਆ ਗਈ ਹੈ। ਹੁਣ ਤੁਸੀਂ ਦੇਖੋ ਆਮ ਆਦਮੀ ਵਾਲੇ ਤੁਹਾਨੂੰ ਕੋਈ ਨਜ਼ਰ ਕਿਤੇ ਆ ਰਿਹਾ ਸੀ? ਜੇ ਆਪਾਂ ਅੱਜ ਗੱਲ ਕਰਦੇ ਹਾਂ, ਤੁਸੀਂ ਵੀ ਪ੍ਰੈਸ ਵਾਲੇ ਸਾਰੇ ਇਲੈਕਸ਼ਨਾਂ 'ਚ ਸਾਡੇ ਨਾਲ ਖੜੇ ਹੋ, ਕੋਈ ਕਹਿੰਦਾ ਸੀ ਵੀ ਇਹ ਆਮ ਆਦਮੀ ਜਿੱਤ ਜੂਗੀ? ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਲੱਗੇ ਹੋਏ ਸੀ, ਇਹ ਇਕੱਠੇ ਹੋ ਗਏ, ਔਰ ਕਾਂਗਰਸ ਦੀ ਜਿੰਨੀ ਵੀ ਵੋਟ ਸੀ ਉਹ ਸਾਰੀ ਆਮ ਆਦਮੀ ਪਾਰਟੀ 'ਚ ਟ੍ਰਾਂਸਫਰ ਹੋਈ ਹੈ, ਔਰ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਜਿੰਨੀ ਪਹਿਲਾਂ ਸੀ ਉਨੀ ਹੁਣ। ਸੀਐਮ ਬਣਦੇ ਭਗਵੰਤ ਮਾਨ ਨੇ 25,000 ਨੌਕਰੀਆਂ ਦਾ ਐਲਾਨ ਕੀਤਾ, ਕਿੱਦਾਂ ਦੇਖਦੇ? ਦੇਖੋ ਅਸੀਂ ਤਾਂ ਕਹਿੰਦੇ ਜੀ, ਜੋ ਇਹਨਾਂ ਨੇ ਲੋਕਾਂ ਨਾਲ ਵਾਅਦੇ ਕਰੇ ਸੀਗੇ ਇਹ ਹੁਣ ਕਰਨ ਪੂਰੇ। ਹੁਣ 25,000 ਨੌਕਰੀਆਂ ਦਾ ਇਹਨਾਂ ਨੇ ਕੀਤਾ, ਵਧੀਆ ਗੱਲ ਆ, ਦੇਣੀ ਚਾਹੀਦੀ ਹੈ। ਜਿਹੜੇ ਘਰ ਘਰ 1,000 ਰੁਪਈਏ ਬੀਬੀਆਂ ਨੂੰ ਇਹਨਾਂ ਨੇ ਕਿਹਾ, ਜਿਸ ਘਰ 'ਚ 1 ਬੀਬੀ ਆ 2 ਬੀਬੀ ਹੈ, 1,000 ਰੁਪਏ ਉਹਨਾਂ 'ਚ ਦੇਣ, ਇਹ ਹੁਣ ਕੰਮ। ਦੇਖੋ ਲੋਕਾਂ ਨੇ ਫਤਵਾ ਦਿੱਤਾ ਇਹਨਾਂ ਨੂੰ, ਜੋ ਇਹਨਾਂ ਨੇ ਵਾਅਦੇ ਕਰੇ ਆ ਇਹਨਾਂ ਨੂੰ ਮੈਂ ਸਮਝਦਾ ਹੁਣ ਕਰਕੇ ਦਿਖਾਉਣੇ ਚਾਹੀਦੇ ਆ। ਹੁਣ ਜਿਹੜਾ ਇਹ ਨਾ ਹੋਵੇ ਜਿਵੇਂ ਕਾਂਗਰਸ ਨੇ ਠੱਗੀ ਮਾਰ ਕੇ ਚਲੇ ਗਏ, ਐਂਡ 'ਚ ਜਾ ਕੇ ਅਨਾਊਂਸਮੈਂਟ ਕਰਤੀ, ਇਹਨਾਂ ਨੂੰ ਚਾਹੀਦਾ ਜਿਵੇਂ 25,000 ਨੌਕਰੀ ਅੱਜ ਕੱਢੀ ਆ ਨਾ, 1,000 ਔਰ ਬਿਜਲੀ ਦੇ ਜਿਹੜੇ ਬਿੱਲ ਮਾਫੀ ਦੇ ਉਹ ਵੀ ਕੱਲ੍ਹ ਦੀ ਮੀਟਿੰਗ 'ਚ ਹੋਣੇ ਚਾਹੀਦੇ ਸੀ, ਪਰ ਇਹ ਦੋਨੇ ਕਾਂਗਰਸ ਵਾਲੇ ਅਰੇ ਰਲੇ ਹੋਏ ਆ, ਦੇਖਦੇ ਹਾਂ ਹੁਣ ਇਹ ਕੀ ਕਰਦੇ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬੜੇ ਹੌਸਲੇ ਅਤੇ ਜਿਹੜੇ ਏਕੇ ਨਾਲ ਅਤੇ ਦਲੇਰ ਨਾਲ ਇਸ ਕਰਕੇ ਇਲੈਕਸ਼ਨ ਲੜੀ ਹੈ। ਜੋ ਸੰਗਤ ਨੇ ਫੈਸਲਾ ਕੀਤਾ ਸਾਨੂੰ ਪ੍ਰਵਾਨ ਹੈ, ਪਰ ਅਸੀਂ ਧੰਨਵਾਦੀ ਹਾਂ ਆਪਣੇ ਵਰਕਰ ਸਾਹਿਬਾਨ ਦੇ ਅਤੇ ਵੋਟਰ ਸਾਹਿਬਾਨ ਦੇ ਜਿਹੜੇ ਇੰਨੇ ਕੂੜ ਪ੍ਰਚਾਰ ਦੇ ਖਿਲਾਫ਼ ਵੀ ਸਾਡੇ ਨਾਲ ਖੜੇ ਰਹੇ ਨੇ। ਅਤੇ ਅਕਾਲੀ ਦਲ ਇੱਕ ਸੋਚ ਹੈ, ਇੱਕ ਵਿਚਾਰਧਾਰਾ ਹੈ। ਅਸੀਂ ਕਦੇ ਰਾਜ ਭਾਗ ਲਈ ਨਹੀਂ ਪਾਰਟੀ ਬਣੀ ਸੀ, ਸੇਵਾ ਲਈ ਬਣੀ ਸੀ। ਠੀਕ ਹੈ, ਗੁਰੂ ਨੇ ਕਿਰਪਾ ਕਰੀ ਰਾਜ ਭਾਗ ਬਣਦੇ ਰਹੇ, ਅਤੇ ਜੇ ਬਣੇ ਆ ਅਕਾਲੀ ਦਲ ਨੇ ਸੇਵਾ ਵੀ ਕੀਤੀ ਹੈ। ਜੇ ਇਤਿਹਾਸਿਕ ਯਾਦਗਾਰਾਂ ਬਣੀਆਂ, ਇਹ ਵਿਰਾਸਤ ਏ ਖਾਲਸਾ ਹੈ, ਇਹ ਵਿਰਾਸਤ ਏ ਮਾਰਗ ਹੈ, ਕਿ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਚੱਪੜਚਿੜੀ ਦੇ ਮੈਦਾਨ, ਉਹਨੇ ਜਿਹੜੀ ਯਾਦਗਾਰਾਂ ਬਣੀਆਂ ਨੇ ਤਾਂ ਬਣਿਆ। ਜੇ ਪੰਥ ਦੀ ਸਰਕਾਰ ਸੀਗੀ ਅਸੀਂ ਲੇਖਾ ਜੋਖਾ ਵੀ ਕਰਾਂਗੇ, ਜੇ ਕਿਤੇ ਕੋਈ ਕਮੀ ਰਹੂਗੀ ਉਹਨੂੰ ਪੂਰਾ ਕਰਾਂਗੇ। ਅਤੇ ਅਸੀਂ ਪੰਜਾਬ ਸੇ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਕਾਲੀ ਦਲ ਕਦੇ ਰਾਜ ਭਾਗ ਨਹੀਂ ਸੀ ਲੜਿਆ, ਇਹ ਸੇਵਾ ਵਾਸਤੇ ਲੜਿਆ ਸੀ। ਅਸੀਂ ਹੁਣ ਵੀ ਪੰਜਾਬ ਦੇ ਵਾਸੀਆਂ ਨਾਲ ਖੜੇ ਹਾਂ, ਅਤੇ ਜਿਹੜੀ ਸਰਕਾਰ ਹੈ ਚੰਗੇ ਕੰਮ ਕਰੂਗੀ, ਵਧਾਈ ਦੇਵਾਂਗੇ। ਜਿੱਥੇ ਕੁਤਾਹੀ ਕਰਨਗੇ ਉੱਥੇ ਅਸੀਂ ਉਹਨੂੰ ਟੋਕਾਂਗੇ, ਭਾਈ ਤੁਸੀਂ ਜੋ ਕਰਿਆ ਕਰੋ, ਸੰਗਤ ਨਾਲ ਪੂਰਾ ਕਰਨਾ ਚਾਹੀਦਾ। ਅਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।